ਇਹ ਜਿਹੜਾ ਆੜਤੀਆਂ ਦੇ ਕੋਲ ਯੂਰੀਆ ਆਇਆ ਸਮਝ ਨਹੀਂ ਆਉਂਦੀ ਪਰ ਸੋਸਾਇਟੀਆਂ 'ਚ ਆਇਆ ਨਹੀਂ ਪਰ ਆੜਤੀਆਂ ਕੋਲੇ ਆ ਗਿਆ ਜੇ ਆੜਤੀਆਂ ਕੋਲੇ ਆਇਆ ਤਾਂ ਮਨ ਮਰਜ਼ੀ ਨਾਲ ਯੂਰੀਆ ਦੇ ਰਹੇ ਨੇ ਯੂਰੀਆ ਦੇ ਨਾਲ ਦਵਾਈਆਂ ਧੱਕੇ ਨਾਲ ਜ਼ਿਮੀਦਾਰਾਂ ਨੂੰ ਲੈਣੀਆਂ ਪੈ ਰਹੀਆਂ ਕਿਉਂਕਿ ਉਹਨਾਂ ਤੋਂ ਯੂਰੀਆ ਲੈਣਾ ਫਸਲ ਨੂੰ ਪਾਉਣਾ ਹੀ ਆ ਸਰਕਾਰ ਨੂੰ ਇਹਨੇ ਮੰਗ ਪੱਤਰ ਪਹਿਲੇ ਤੋਂ ਦਿੱਤੇ ਜਾ ਰਹੇ ਪਰ ਯੂਰੀਆ ਦੀ ਸ਼ੌਟ ਆ ਯੂਰੀਆ ਸਟੋਰ ਹੋ ਰਿਹਾ ਯੂਰੀਆ ਦੀ ਦੇਖਭਾਲ ਕੀਤੀ ਜਾਵੇ ਪਰ ਨਹੀਂ ਐਸਡੀਐਮ ਸਾਹਿਬ ਤਾਂ ਇੰਨਾ ਕੁ ਲਾਈਟ ਲੈ ਰਹੇ ਨੇ ਕਿਸਾਨਾਂ ਨੂੰ ਉਹ ਕਹਿੰਦੇ ਵੀ ਚੱਲ ਕੋਈ ਨਹੀਂ ਆਉਂਦੇ ਨੇ ਮੰਗ ਪੱਤਰ ਦੇ ਕੇ ਮੁੜ ਜਾਂਦੇ ਨੇ ਪਰ ਅੱਜ ਉਹਨਾਂ ਦੇ ਕੰਨ ਖੋਲਣ ਲਈ ਅਸਰ ਕੋਈ ਅਸੀਂ ਵੱਡਾ ਇਕੱਠ ਨਹੀਂ ਰੱਖਿਆ ਇਹ ਜਿਹੜੇ ਜਥੇਬੰਦੀਆਂ ਦੇ ਸੀਨੀਅਰ ਲੀਡਰ ਆ ਉਹਨੇ ਕੇ ਆਏ ਨੇ ਅਸੀਂ ਕੋਈ ਜ਼ਿਆਦਾ ਹਾਈ ਲੈਵਲ ਦਾ ਨਹੀਂ ਕੀਤਾ ਸਾਡੀ ਇੱਕੋ ਹੀ ਮੰਗ ਹੈ ਵੀ ਜਿਹੜੀ ਖਾਦ ਹੈ ਜ਼ਿਮੀਦਾਰਾਂ ਦੀ ਉਹ ਟਾਈਮ ਨਾਲ ਦਿੱਤੀ ਜਾਵੇ ਤੇ ਆੜਤੀਆਂ ਦਾ ਸ਼ਿਕੰਜਾ ਕੱਸਿਆ ਜਾਵੇ ਜਿਹੜੇ ਦਵਾਈਆਂ ਦਿੰਦੇ ਨੇ ਨਾਲ ਲੋਕ ਜਿਹੜਾ ਜਿੱਦਾਂ ਤੁਸੀਂ ਹਾਈਵੇ ਤੇ ਬੈਠੇ ਲੋਕ ਪਰੇਸ਼ਾਨ ਹੋ ਰਹੇ ਖੱਜਲ ਹੋ ਰਹੇ ਤੁਸੀਂ ਉੱਚੇ ਅਧਿਕਾਰੀਆਂ ਨਾਲ ਬਹਿ ਕੇ ਵੀ ਗੱਲ ਕਰ ਸਕਦੇ ਜਿਹੜੇ ਲੋਕ ਖਰਾਬ ਹੋ ਰਹੇ ਉਹ ਜਿਹੜੇ ਲੋਕ ਖਰਾਬ ਹੋ ਰਹੇ ਭਾਜੀ ਲੋਕਾਂ ਨੇ ਕਦੇ ਜਾ ਕੇ ਕਿਸੇ ਮੁਸੀਬਤ ਨਾਲ ਲੜਨ ਦਾ ਕੋਈ ਉਪਰਾਲਾ ਕੀਤਾ ਸਕੂਲ ਬੰਦ ਸੀ ਇਹਨਾਂ ਲੋਕਾਂ ਦੇ ਬੱਚੇ 3 ਮਹੀਨੇ ਤੋਂ ਘਰਾਂ 'ਚ ਬੈਠੇ ਰਹੇ ਕਿਸੇ ਨੇ ਉਪਰਾਲਾ ਕੀਤਾ ਉਦੋਂ ਵੀ ਇਹਨਾਂ ਕਿਸਾਨਾਂ ਨੇ ਸੜਕ ਤੇ ਧਰਨਾ ਲਾ ਕੇ ਸਕੂਲ ਖਲਵਾਏ ਆ ਜੇ ਇਹਨਾਂ ਦੇ ਲਈ ਲੜਦੇ ਆ ਤੇ ਚੰਗੇ ਆ ਜੇ ਆਪਣੇ ਲਈ ਲੜਦੇ ਆ ਤਾਂ ਮਾਰੇ ਇਹ ਗੱਲ ਕਿਹੜੀ ਹੋਈ ਰੋਡ ਤਾਂ ਸੀ ਇਹਨਾਂ ਲਈ ਵੀ ਬੰਦ ਕੀਤੇ ਸੂਦਨ ਤਾਂ ਸਾਰੇ ਪੇਰੈਂਟਸ ਵੀ ਸਾਡੇ ਨਾਲ ਸੀ ਕਹਿੰਦੇ ਵੀ ਸਕੂਲ ਖੋਲਣੇ ਚਾਹੀਦੇ ਆ ਤੁਸੀਂ ਧਰਨਾ ਲਾਓ ਹੀ ਤੁਹਾਡਾ ਸਾਥ ਦਿੰਨੇ ਆ ਜਦੋਂ ਹੁਣ ਤੁਸੀਂ ਲਾ ਲਓ ਕੋਰੋਨਾ ਕਾਲ ਤੋਂ ਲੈ ਕੇ ਅੱਜ ਤੱਕ ਜਿੰਨੇ ਜਥੇਬੰਦੀਆਂ ਦੇ ਬੰਦੇ ਧਰਨਿਆਂ 'ਚ ਬੈਠੇ ਆ ਤੁਸੀਂ ਸਾਨੂੰ ਇੱਕ ਵੀ ਸਾਡਾ ਕਿਸਾਨ ਭਰਾ ਦੱਸ ਦਿਓ ਦਿੱਲੀ ਧਰਨੇ ਤੋਂ ਜਾਂ ਇੱਥੋਂ ਪੰਜਾਬ ਆਇਆ ਹੋਵੇ ਜਿਹਨੂੰ ਕੋਰੋਨਾ ਹੋਇਆ ਹੋਵੇ ਮਜ਼ਦੂਰ ਕੋਈ ਮੁੱਕਦਾ ਉਹ ਲਈ ਤੁਹਾਡਾ ਕੋਈ ਸੰਗਠਨ ਹੋਇਆ ਵੀ ਧਰਨੇ ਲਾਏ ਤਾਂ ਤੇ ਜਾਮ ਕੀਤਾ ਤੁਸੀਂ ਆਪਣੇ ਕਿਸਾਨ ਨਹੀਂ ਭਾਜੀ ਇਹ ਗੱਲ ਝੂਠੀ ਆ ਇਹ ਗੱਲ ਝੂਠੀ ਆ ਮਜ਼ਦੂਰਾਂ ਲਈ ਕਿਉਂ ਨਹੀਂ ਲਾਇਆ ਆ ਟਰੱਕ ਯੂਨੀਅਨ ਆ ਟਰੱਕ ਯੂਨੀਅਨ ਦੇ ਲਈ ਅਸੀਂ ਪੈਪਸੀ ਅੱਗੇ ਧਰਨਾ ਲਾਇਆ ਕਿਸਾਨਾਂ ਨੇ ਲਾਇਆ ਭਾਜੀ ਟਰੱਕ ਯੂਨੀਅਨ ਮਜ਼ਦੂਰ ਲਈ ਟਰੱਕ ਯੂਨੀਅਨ ਚ ਕੌਣ ਟਰੱਕ ਕੌਣ ਚਲਾਉਂਦੇ ਨੇ ਭਾਜੀ ਉਹ ਸਾਡੇ ਮਜ਼ਦੂਰ ਭਰਾ ਹੀ ਨੇ ਜਿਨ੍ਹਾਂ ਦਾ ਹੱਕ ਹੋ ਕੇ ਦੂਜਿਆਂ ਨੂੰ ਦਿੱਤਾ ਜਾ ਰਿਹਾ ਜ਼ਿਮੀਦਾਰ ਥੋੜਾ ਟਰੱਕ ਚਲਾਉਂਦੇ ਨੇ ਮਜ਼ਦੂਰ ਭਰਾ ਟਰੱਕ ਚਲਾਉਂਦੇ ਨੇ ਹਾਂਜੀ ਉਹ ਵੀ ਹੁੰਦਾ ਅੱਜ ਦਿਨ ਪੈਪਸੀ ਦੇ ਵਿੱਚ ਇੱਕ ਮੁੰਡਾ ਮੁੱਕਿਆ ਭਾਜੀ ਜਿਹੜਾ ਸਾਡੇ ਏਰੀਆ ਚੁੰਦਾ ਸਾਡੇ ਏਰੀਆ ਦੇ ਵਿੱਚ ਕੋਈ ਵੀ ਗੱਲਬਾਤ ਹੁੰਦੀ ਆ ਜਦੋਂ ਜਿਸ ਗੱਲ ਦਾ ਸਾਨੂੰ ਪਤਾ ਲੱਗਦਾ ਕਿਸਾਨ ਜੁਨ ਹੈਲੋ ਹੜ ਲਓ ਕਿਹਨਾਂ ਨੇ ਬੋਲਣਾ ਜਹੇਦਾ ਜੀ ਅੱਜ ਧਰਨਾ ਲੱਗਾ ਕਾਹਦੇ ਸਮਾਜ ਲੱਗਾ ਕੀ ਨਾਂ ਆ ਤੁਹਾਡਾ ਕਾਰਨ ਕੀ ਆ ਧਰਨਾ ਤੁਹਾਡੀ ਇਕਬਾਲ ਸਿੰਘ ਬੈਂਸ ਜਨਰਲ ਸੈਕਟਰੀ ਬਲਾਕ ਫਲੋਰ ਭਾਰਤੀ ਕਿਸਾਨ ਜੀ ਉਹਨਾਂ ਨੇ ਕਾਦਿਆਂ ਅੱਜ ਦਾ ਇਹ ਧਰਨਾ ਤਾਂ ਲਾਇਆ ਐਸਡੀਐਮ ਸਾਹਿਬ ਸਾਨੂੰ ਬਹੁਤ ਜ਼ਿਆਦਾ ਹਲਕੇ 'ਚ ਲੈ ਰਹੇ ਸੀ ਅਸੀਂ ਇਹਨਾਂ ਨੂੰ ਦੋ ਮੰਗ ਪੱਤਰ ਦਿੱਤੇ ਨੇ ਪਹਿਲਾਂ ਅਤੇ ਜਿਹੜੀ ਯੂਰੀਆ ਦੀ ਕਮੀ ਆ ਉਹ ਵੱਡੇ ਲੈਵਲ 'ਤੇ ਸੁਸਾਇਟੀਆਂ 'ਚ ਆ ਨਹੀਂ ਰਿਹਾ ਆੜਤੀਆਂ ਕੋਲੇ ਪਿਆ ਪਰ ਆੜਤੀਆਂ ਡਰਾਮਾ ਕਰ ਰਹੇ ਆ ਨਾਲ ਦਵਾਈਆਂ ਜਿਹੜੀਆਂ ਜ਼ਬਰਦਸਤੀ ਕਿਸਾਨਾਂ ਨੂੰ ਦੇ ਰਹੇ ਆ ਮਜਬੂਰ ਨੂੰ ਦਵਾਈਆਂ ਸਾਨੂੰ ਲੈਣੀਆਂ ਪੈ